ਦੇਖੋ ਇਹ ਜਿਹੜੀ ਗੋਲੀ ਚੱਲੀ ਹੈ, ਇਹ ਜਿਹੜੇ ਅਥਰੂ ਗੈਸ ਚੱਲੇ ਹੈ, ਜਿਹੜੀ ਲਾਠੀ ਚਾਰਜ ਹੋਇਆ, ਇਹ ਪੰਜਾਬ ਦੀ ਧਰਤੀ 'ਤੇ ਹੋਇਆ ਅਤੇ ਪੰਜਾਬ ਸਰਕਾਰ ਤੁਰੰਤ ਇਹ ਕਤਲ ਦਾ ਪਰਚਾ ਦਰਜ ਕਰੇ। ਲਾਠੀ ਚਾਰਜ ਜਿਹੜਾ ਹੋਇਆ ਅਤੇ ਗੈਸ ਅਥਰੂ ਗੈਸ ਛੱਡੇ ਸਾਡੀ ਜਗ੍ਹਾ ਦੇ ਵਿੱਚ, ਸਾਡੇ ਨੌਜਵਾਨ ਸਾਡੇ ਕਿਸਾਨ ਫੱਟੜ ਹੋਏ ਹੈ, ਉਹਨਾਂ ਦਾ FIR ਦਰਜ ਕਰਕੇ ਜਿਹੜੇ ਜ਼ਿੰਮੇਵਾਰ ਲੋਕ ਹੈ ਉਹਨਾਂ ਨੂੰ ਹਿਰਾਸਤ ਵਿੱਚ ਲਵੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਥੋੜ੍ਹਾ ਧੀਰਜ ਮਿਲੇ, ਪੰਜਾਬ ਦੀ ਪੁਲਿਸ ਆਪਣੇ ਫਰਜ਼ ਨੂੰ ਪਛਾਣੇ। ਜਿਹੜੀਆਂ ਗੋਲੀਆਂ ਸਾਡੇ ਧਰਤੀ 'ਤੇ ਸਾਡੇ ਨੌਜਵਾਨਾਂ 'ਤੇ ਚੱਲੀਆਂ ਉਹਨਾਂ ਦਾ ਪਰਚਾ ਦਰਜ ਹੋ ਕੇ ਕਾਰਵਾਈ ਤੁਰੰਤ ਹੋਣੀ ਚਾਹੀਦੀ ਹੈ। ਪੰਜਾਬ ਪੁਲਿਸ ਅਤੇ ਮੁੱਖ ਮੰਤਰੀ ਉੱਥੇ ਖੜ੍ਹ ਕੇ ਰਸਤੇ ਖੋਲਣ। ਜੇ ਕਿਤੇ ਪਰਮਾਤਮਾ ਨੇ ਮੌਕਾ ਦਿੱਤਾ ਹੁੰਦਾ ਤਾਂ ਅੱਜ ਪਤਾ ਲੱਗ ਜਾਂਦਾ ਵੀ ਕਿਸ ਤਰ੍ਹਾਂ ਇਹ ਰਸਤੇ ਸਰਕਾਰਾਂ ਖੋਲ੍ਹਦੀਆਂ ਹੁੰਦੀਆਂ। ਦੇਖੋ ਇਹ ਜਿਹੜੀ ਗੋਲੀ ਚੱਲੀ ਹੈ, ਇਹ ਜਿਹੜੇ ਅਥਰੂ ਗੈਸ ਚੱਲੇ ਹੈ, ਜਿਹੜੀ ਲਾਠੀ ਚਾਰਜ ਹੋਇਆ, ਇਹ ਪੰਜਾਬ ਦੀ ਧਰਤੀ 'ਤੇ ਹੋਇਆ ਅਤੇ ਪੰਜਾਬ ਸਰਕਾਰ ਤੁਰੰਤ ਇਹ ਕਤਲ ਦਾ ਪਰਚਾ ਦਰਜ ਕਰੇ। ਲਾਠੀ ਚਾਰਜ ਜਿਹੜਾ ਹੋਇਆ ਅਤੇ ਗੈਸ ਅਥਰੂ ਗੈਸ ਛੱਡੇ ਸਾਡੀ ਜਗ੍ਹਾ ਦੇ ਵਿੱਚ, ਸਾਡੇ ਨੌਜਵਾਨ ਸਾਡੇ ਕਿਸਾਨ ਫੱਟੜ ਹੋਏ ਹੈ, ਉਹਨਾਂ ਦਾ FIR ਦਰਜ ਕਰਕੇ ਜਿਹੜੇ ਜ਼ਿੰਮੇਵਾਰ ਲੋਕ ਹੈ ਉਹਨਾਂ ਨੂੰ ਹਿਰਾਸਤ ਵਿੱਚ ਲਵੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਥੋੜ੍ਹਾ ਧੀਰਜ ਮਿਲੇ, ਪੰਜਾਬ ਦੀ ਪੁਲਿਸ ਆਪਣੇ ਫਰਜ਼ ਨੂੰ ਪਛਾਣੇ। ਜਿਹੜੀਆਂ ਗੋਲੀਆਂ ਸਾਡੇ ਧਰਤੀ 'ਤੇ ਸਾਡੇ ਨੌਜਵਾਨਾਂ 'ਤੇ ਚੱਲੀਆਂ ਉਹਨਾਂ ਦਾ ਪਰਚਾ ਦਰਜ ਹੋ ਕੇ ਕਾਰਵਾਈ ਤੁਰੰਤ ਹੋਣੀ ਚਾਹੀਦੀ ਹੈ। ਪੰਜਾਬ ਪੁਲਿਸ ਅਤੇ ਮੁੱਖ ਮੰਤਰੀ ਉੱਥੇ ਖੜ੍ਹ ਕੇ ਰਸਤੇ ਖੋਲਣ। ਜੇ ਕਿਤੇ ਪਰਮਾਤਮਾ ਨੇ ਮੌਕਾ ਦਿੱਤਾ ਹੁੰਦਾ ਤਾਂ ਅੱਜ ਪਤਾ ਲੱਗ ਜਾਂਦਾ ਵੀ ਕਿਸ ਤਰ੍ਹਾਂ ਇਹ ਰਸਤੇ ਸਰਕਾਰਾਂ ਖੋਲ੍ਹਦੀਆਂ ਹੁੰਦੀਆਂ। ਦੇਖੋ ਇਹ ਜਿਹੜੀ ਗੋਲੀ ਚੱਲੀ ਹੈ, ਇਹ ਜਿਹੜੇ ਅਥਰੂ ਗੈਸ ਚੱਲੇ ਹੈ, ਜਿਹੜੀ ਲਾਠੀ ਚਾਰਜ ਹੋਇਆ, ਇਹ ਪੰਜਾਬ ਦੀ ਧਰਤੀ 'ਤੇ ਹੋਇਆ ਅਤੇ ਪੰਜਾਬ ਸਰਕਾਰ ਤੁਰੰਤ ਇਹ ਕਤਲ ਦਾ ਪਰਚਾ ਦਰਜ ਕਰੇ। ਲਾਠੀ ਚਾਰਜ ਜਿਹੜਾ ਹੋਇਆ ਅਤੇ ਗੈਸ ਅਥਰੂ ਗੈਸ ਛੱਡੇ ਸਾਡੀ ਜਗ੍ਹਾ ਦੇ ਵਿੱਚ, ਸਾਡੇ ਨੌਜਵਾਨ ਸਾਡੇ ਕਿਸਾਨ ਫੱਟੜ ਹੋਏ ਹੈ, ਉਹਨਾਂ ਦਾ FIR ਦਰਜ ਕਰਕੇ ਜਿਹੜੇ ਜ਼ਿੰਮੇਵਾਰ ਲੋਕ ਹੈ ਉਹਨਾਂ ਨੂੰ ਹਿਰਾਸਤ ਵਿੱਚ ਲਵੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਥੋੜ੍ਹਾ ਧੀਰਜ ਮਿਲੇ, ਪੰਜਾਬ ਦੀ ਪੁਲਿਸ ਆਪਣੇ ਫਰਜ਼ ਨੂੰ ਪਛਾਣੇ। ਜਿਹੜੀਆਂ ਗੋਲੀਆਂ ਸਾਡੇ ਧਰਤੀ 'ਤੇ ਸਾਡੇ ਨੌਜਵਾਨਾਂ 'ਤੇ ਚੱਲੀਆਂ ਉਹਨਾਂ ਦਾ ਪਰਚਾ ਦਰਜ ਹੋ ਕੇ ਕਾਰਵਾਈ ਤੁਰੰਤ ਹੋਣੀ ਚਾਹੀਦੀ ਹੈ। ਪੰਜਾਬ ਪੁਲਿਸ ਅਤੇ ਮੁੱਖ ਮੰਤਰੀ ਉੱਥੇ ਖੜ੍ਹ ਕੇ ਰਸਤੇ ਖੋਲਣ। ਜੇ ਕਿਤੇ ਪਰਮਾਤਮਾ ਨੇ ਮੌਕਾ ਦਿੱਤਾ ਹੁੰਦਾ ਤਾਂ ਅੱਜ ਪਤਾ ਲੱਗ ਜਾਂਦਾ ਵੀ ਕਿਸ ਤਰ੍ਹਾਂ ਇਹ ਰਸਤੇ ਸਰਕਾਰਾਂ ਖੋਲ੍ਹਦੀਆਂ ਹੁੰਦੀਆਂ। ਦੇਖੋ ਇਹ ਜਿਹੜੀ ਗੋਲੀ ਚੱਲੀ ਹੈ, ਇਹ ਜਿਹੜੇ ਅਥਰੂ ਗੈਸ ਚੱਲੇ ਹੈ, ਜਿਹੜੀ ਲਾਠੀ ਚਾਰਜ ਹੋਇਆ, ਇਹ ਪੰਜਾਬ ਦੀ ਧਰਤੀ 'ਤੇ ਹੋਇਆ ਅਤੇ ਪੰਜਾਬ ਸਰਕਾਰ ਤੁਰੰਤ ਇਹ ਕਤਲ ਦਾ ਪਰਚਾ ਦਰਜ ਕਰੇ। ਲਾਠੀ ਚਾਰਜ ਜਿਹੜਾ ਹੋਇਆ ਅਤੇ ਗੈਸ ਅਥਰੂ ਗੈਸ ਛੱਡੇ ਸਾਡੀ ਜਗ੍ਹਾ ਦੇ ਵਿੱਚ, ਸਾਡੇ ਨੌਜਵਾਨ ਸਾਡੇ ਕਿਸਾਨ ਫੱਟੜ ਹੋਏ ਹੈ, ਉਹਨਾਂ ਦਾ FIR ਦਰਜ ਕਰਕੇ ਜਿਹੜੇ ਜ਼ਿੰਮੇਵਾਰ ਲੋਕ ਹੈ ਉਹਨਾਂ ਨੂੰ ਹਿਰਾਸਤ ਵਿੱਚ ਲਵੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਥੋੜ੍ਹਾ ਧੀਰਜ ਮਿਲੇ, ਪੰਜਾਬ ਦੀ ਪੁਲਿਸ ਆਪਣੇ ਫਰਜ਼ ਨੂੰ ਪਛਾਣੇ। ਜਿਹੜੀਆਂ ਗੋਲੀਆਂ ਸਾਡੇ ਧਰਤੀ 'ਤੇ ਸਾਡੇ ਨੌਜਵਾਨਾਂ 'ਤੇ ਚੱਲੀਆਂ ਉਹਨਾਂ ਦਾ ਪਰਚਾ ਦਰਜ ਹੋ ਕੇ ਕਾਰਵਾਈ ਤੁਰੰਤ ਹੋਣੀ ਚਾਹੀਦੀ ਹੈ। ਪੰਜਾਬ ਪੁਲਿਸ ਅਤੇ ਮੁੱਖ ਮੰਤਰੀ ਉੱਥੇ ਖੜ੍ਹ ਕੇ ਰਸਤੇ ਖੋਲਣ। ਜੇ ਕਿਤੇ ਪਰਮਾਤਮਾ ਨੇ ਮੌਕਾ ਦਿੱਤਾ ਹੁੰਦਾ ਤਾਂ ਅੱਜ ਪਤਾ ਲੱਗ ਜਾਂਦਾ ਵੀ ਕਿਸ ਤਰ੍ਹਾਂ ਇਹ ਰਸਤੇ ਸਰਕਾਰਾਂ ਖੋਲ੍ਹਦੀਆਂ ਹੁੰਦੀਆਂ।